15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਔਰ ਅੰਗਰੇਜ਼ ਜਿਹੜੇ ਸੀ ਭਾਰਤ ਛੱਡ ਕੇ ਚਲੇ ਗਏ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਇੱਥੇ ਛੱਡ ਗਏ ਆਪਣੀਆਂ ਬਣਾਈਆਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੀ ਆ ਪਿੰਡ ਰਾਣੇ ਵਾਲੇ ਦੀ ਜਿਹੜੀ ਆ ਪਣ ਚੱਕੀ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ 1911 ਦੀ ਬਣੀ ਹੋਈ ਅੰਗਰੇਜ਼ਾਂ ਦੇ ਵੇਲੇ ਦੀ ਇੱਕ ਪੰਚਕੀ ਆ ਜਿਸ ਦਾ ਦਰਵਾਜ਼ਾ ਹਾਲ ਤਾਂ ਤੁਸੀਂ ਜਿਹੜੀ ਉਸ ਦੀ ਦੇਖ ਸਕਦੇ ਹੋ ਕਿ ਇਸ ਪੰਚਕੀ ਦਾ ਦਰਵਾਜ਼ਾ ਜਿਹੜਾ ਆ ਉਹ ਵੀ ਜਿਹੜਾ ਆ ਇਸ ਵੇਲੇ ਨਹੀਂ ਹੈਗਾ ਔਰ ਜਿਹੜਾ ਇੱਥੇ ਪੰਚਕੀ ਨੂੰ ਜਿਹੜੇ ਇੱਕ ਵਿਅਕਤੀ ਚਲਾ ਰਹੇ ਨੇ ਉਹਨਾਂ ਨਾਲ ਆਪਾਂ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਭਾਜੀ ਕੀ ਨਾਂ ਤੁਹਾਡਾ ਜੀ ਨਰਨਾ ਦੀ ਪਿਆਰਾ ਸਿੰਘ ਪਿੰਡ ਦੇ ਦੇ ਆ ਮੇਰਾ ਜੀ ਮੈਂ 11 ਸਾਲ ਤੋਂ ਇਹ ਚੱਕੀ ਚਲਾ ਰਿਹਾ ਜੀ ਇਹ ਖੰਡਰ ਹੋਈ ਮੈਂ ਚੱਕੀ ਲਈ ਸੀ ਜਿਸ ਦਿਨ ਤੋਂ ਮੈਂ ਚਾਲੂ ਕੀਤੀ ਆ ਇਸ ਦਾ ਮੈਂ ਫਿਰ ਵੀ ਸਾਰਾ ਰਿਪੇਅਰ ਬੂਰ ਕਰਕੇ ਲੈਂਟਰ ਮੈਂ ਆਪਣੇ ਕੋਲ ਪਾਇਆ ਪੱਕੇ ਮੈਂ ਆਪਣੇ ਕੋਲ ਲਿਆਂਦ ਕੇ ਪਾਇਆ ਔਰ ਪੱਥਰ ਮੈਂ ਹਾਲੀ ਹਾਲ ਤੋਂ ਲਿਆ ਕੇ ਪਾਇਆ ਜੀ ਇਸ ਨੂੰ ਮੈਂ 11 ਸਾਲ ਤੋਂ ਜੂਮ ਹੀ ਆਪਣੇ ਕਰਦਿਆ ਕਰਦਾ ਮੈਨੂੰ ਖਰਚਾ ਮੇਰਾ ਕਾਫੀ ਜ਼ਿਆਦਾ ਹੋ ਗਿਆ ਜੋ ਕਿ ਮੈਂ ਇਹ ਮੇਰਾ ਵਾਅਦਾ ਸੀ ਮੈਂ ਇੱਕ ਰਾਟ ਜਿਹੜੇ ਖਤਮ ਨਹੀਂ ਹੁੰਦੇ ਨੇ ਇਹਨਾਂ ਨੂੰ ਮੈਂ ਬਣਾ ਹੌਲੀ ਹੌਲੀ ਪਾਇਆ ਸਰਕਾਰ ਬਣਾਵੇ ਨਾ ਬਣਾਵੇ ਮੈਨੂੰ ਇਹਦੀ ਦੀ ਮਾੜੀ ਚੰਗੀ ਰਿਪੇਅਰ ਕਰਦੇ ਰਹਿਣਾ ਹੈ ਆਪਾਂ ਦੇਖਦੇ ਆ ਪੈਰਾ ਸਿੰਘ ਜੀ ਕਿ ਅੰਗਰੇਜ਼ਾਂ ਵਾਲੀਆਂ ਵੇਲੇ ਦੀਆਂ ਸਮੇਂ ਦੀਆਂ ਬਣਾਈਆਂ ਚੀਜ਼ਾਂ ਜਿਹੜੀਆਂ ਇਹ ਤੱਕ ਜਿਹੜੀਆਂ ਕਾਇਮ ਨੇ ਕੋਈ ਚੀਜ਼ਾਂ ਜਿਹੜੀਆਂ ਥੋੜੀਆਂ ਬਹੁਤ ਜਿਹੜੀਆਂ ਖੰਡਣ ਹੋਈਆਂ ਔਰ ਤੁਹਾਡੇ ਵਰਗੇ ਲੋਕ ਉਹਨਾਂ ਦੀ ਸਾਮ ਸੰਭਾਲ ਕਰ ਰਹੇ ਨੇ ਸਰਕਾਰਾਂ ਦਾ ਕੀ ਰੋਲ ਐ ਇੱਥੇ ਸਰਕਾਰ ਦਾ ਜੀ ਸਰਕਾਰ ਸਾਡੇ ਕੋਈ ਪੈਸੇ ਤੇ ਲੈਣ ਦੇ ਹੀ ਹੈ ਨਾ 3700 ਰੁਪਏ ਮਹੀਨਾ ਪਰ ਸਰਕਾਰ ਇੱਧਰ ਵੀ ਖਿਆਲ ਰੱਖੇ ਨਾ ਮੜ ਜਾ ਸਰਕਾਰ ਤੇ ਕਮਾਈ ਸਾਡੇ ਕੋਈ ਦੇ ਹੀ ਹੈ ਨਾ ਲੈਣ ਜਾਂ ਸਰਕਾਰ ਮਾੜਾ ਮਾੜਾ ਸਾਡੇ ਨਾਲ ਆਸਰਾ ਕਰਾਵੇ ਮਾੜੀ ਮਾੜੀ ਰਿਪੇਅਰ ਕਰਾ ਦੇ ਸਾਨੂੰ ਵੀ ਥੋੜਾ ਬਤਨ ਆਸਰਾ ਹੋ ਜੇ ਇਹਨਾਂ ਦਾ ਜੀ ਪੈਰਾ ਜੀ ਇਹ ਇਸ ਚੱਕੀ ਨੂੰ ਲੈਣ ਦਾ ਠੇਕੇ ਦੀ ਪ੍ਰਕਿਰਿਆ ਕੀ ਹੈ ਕਿਸ ਤਰੀਕੇ ਨਾਲ ਆਪਾਂ ਇਹ ਠੇਕਾ ਜਿਹੜਾ ਲੈ ਸਕਦੇ ਆ ਜੀ ਸਾਲ ਪਿੱਛੇ ਆਪਾਂ ਬੋਲੀ ਕਰਦੇ ਆ ਜੀ ਸਾਡਾ ਡਿਵੀਜ਼ਨ ਤੇ ਜਾ ਕੇ ਐਸਡੀਓ ਸਾਹਿਬ ਬੋਲੀ ਕਰਾਉਂਦੇ ਆ ਉਹਦੇ ਵਿੱਚ ਫਿਰ ਸਾਨੂੰ 2 ਮਹੀਨੇ ਦਾ ਰੈਂਟ ਪਹਿਲੋ ਦੇਣਾ ਪੈਂਦਾ ਜਮਾ ਕਿੰਨਾ ਰੈਂਟ ਹੁੰਦਾ ਆਏ 3700 ਰੁਪਏ ਆ ਮਹੀਨਾ ਜੀ ਅੱਛਾ ਫੇਰ ਅੱਗੋਂ 3700 ਰੁਪਏ ਦੇ ਕੇ ਤੇ ਅੱਗੇ ਤੋਂ ਫਿਰ ਉਹ 3700 ਦੋ ਮਹੀਨਾ 7500 ਰੁਪਏ ਜਿਹੜਾ ਉਹ ਕਟਾ ਕੇ ਫਿਰ ਐ ਮਹੀਨੇ ਦੇ ਮਹੀਨੇ ਉਹਨਾਂ ਨੂੰ ਰੈਂਟ ਭੇਜਦੇ ਨੇ ਜੀ ਜੇ ਦਾ ਤੁਸੀਂ ਦੱਸ ਰਹੇ ਕਿ ਆਪਣੇ ਕੋਲ ਰਿਪੇਅਰ ਕਰਾਈ ਫਿਰ ਉਹ ਰਿਪੇਅਰ ਜਿਹੜੀ ਆ ਉਹ ਸਰਕਾਰ ਵੱਲੋਂ ਹੋਣੀ ਚਾਹੀਦੀ ਕਿਉਂਕਿ ਕਰਾਇਆ ਤੁਸੀਂ ਸਰਕਾਰ ਨੂੰ ਦੇ ਰਹੇ ਹੋ ਸਰਕਾਰ ਨੂੰ ਜੀ ਦੇਣੇ ਤਾਂ ਹੈ ਸਾਨੂੰ ਵੀ ਸਾਡੀ ਮਜ਼ਬੂਰੀ ਹੈ ਸਾਡਾ ਫਿਰ ਗਾਹਕ ਬੰਦ ਹੁੰਦਾ ਲੈਂਡਰ ਮੈਂ ਆਪਣੇ ਕੋਲ ਪਾਇਆ ਸਾਰਾ ਸਮਾਨ ਮੈਂ 80000 ਰੁਪਏ ਆਪਣੇ ਕੋਲ ਲਾਇਆ ਹੈ ਕਦੀ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਕੋ ਨਹੀਂ ਗਏ ਕਿਸੇ ਨੂੰ ਐਪਲੀਕੇਸ਼ਨ ਅਰਜੀ ਨਹੀਂ ਦੇ ਕੇ ਆਏ ਕਿ ਇੱਥੇ ਸੁਣੀ ਜਾਵੇ ਕਰਾ ਦੇ ਸਰ ਅਰਜੀ ਨਹੀਂ ਮੈਂ ਦਿੱਤੀ ਇੱਥੇ ਮਚੀਤ ਸਾਹਿਬ ਆਏ ਸੀ ਅਸੀ ਸਾਹਿਬ ਆਏ ਸੀ ਐਕਸ਼ਨ ਸਾਹਿਬ ਆਏ ਸੀ ਐਸਡੀਓ ਸਾਹਿਬ ਆਏ ਆ ਉਹ ਇਹਨੂੰ ਵੇਖ ਵਿਖਾਈ ਕਰਕੇ ਸਾਰਾ ਕੁਝ ਕਰਕੇ ਗਏ ਨੇ ਤਾਂ ਹੀ ਮਾਰ ਸ਼ੁਰੂ ਕਰ ਦਾਂਗੇ ਉਹਦੇ ਵਿੱਚ ਐ ਕਰੋਨਾ ਦੀ ਬਿਮਾਰੀ ਕਰਕੇ ਕੰਮ ਸਭ ਅੜਚਣ ਆ ਗਈ ਆ ਉੱਥੇ ਤੇ ਉੱਥੇ ਕੰਮ ਅੜਕ ਗਿਆ ਆਏ ਤੇ ਇਸ ਵਾਰੀ ਵੀ ਤੁਸੀਂ ਜਿੱਦਾਂ ਦੱਸਿਆ ਕਿ 11 ਸਾਲ ਹੋ ਗਏ ਐ ਤੇ 11 ਸਾਲਾਂ ਦੇ ਵਿੱਚ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਰਾਜਨੀਤਿਕ ਨੇਤਾ ਜਾਂ ਕਿਸੇ ਪਿੰਡ ਦੇ ਸਰਪੰਚ ਦੇ ਨਾਲ ਤੁਸੀਂ ਕਿਸੇ ਇਸ ਸੰਬੰਧੀ ਕੋਈ ਗੱਲਬਾਤ ਨਹੀਂ ਕੀਤੀ ਸਰਪੰਚ ਵੀ ਇੱਥੇ ਕਾਫੀ ਆਏ ਐ ਇਕੱਠੇ ਹੋ ਕੇ ਖੋਸਲ ਸਾਹਿਬ ਜੀ ਆਏ ਉਦੋਂ ਵੀ ਪਿੰਡ ਦੇ ਰਾਣੇ ਆ ਜੀ ਵੀ ਆਏ ਸਾਡੇ ਲਦੇਹ ਪਿੰਡ ਦੇ ਵੀ ਆਏ ਸੀ ਬੰਦੇ ਸਾਰੇ ਇਕੱਠੇ ਹੋ ਕੇ ਵੀ ਇਸ ਦੀ ਕੋਈ ਸਰਕਾਰ ਮਾੜਾ ਮਟਾ ਆਸਰਾ ਕਰੇ ਤੇ ਰਿਪੇਅਰ ਕਰਾ ਦੇਵੇ ਤੁਸੀਂ ਕਿਸੇ ਨੇਤਾ ਨੂੰ ਮਿਲੇ ਅਜੀ ਸਰ ਸਰਦਾਰ ਵੀਰ ਸਿੰਘ ਜੀ ਚੇਅਰਮੈਨ ਸਾਹਿਬ ਜੀ ਉਹਨਾਂ ਨੇ ਵੀ ਆਖਿਆ ਸੀ ਉਹ ਵੀ ਅੰਦੇਜੀ ਕਰ ਦਾਂਗੇ ਫਿਰ ਮੈਂ ਸਰਕਾਰ ਗਿਆ ਸਾਹਿਬ ਨੂੰ ਵੀ ਆਖਿਆ ਦੋ ਤਿੰਨ ਵਾਰੀ ਉਹਨਾਂ ਨੇ ਬਿਲਕੁਲ ਹੀ ਹਾਂ ਨਾ ਖਤਮ ਕਰਤੀ ਇਹ ਚੱਕੀ ਚੱਲਣ ਦੀ ਪ੍ਰਕਿਰਿਆ ਕੀ ਹੈ ਜੀ ਕਿੱਦਾਂ ਚੱਲਦੀ ਹੈ ਇਹ ਪਿੱਛੇ ਆਈ ਪਾਣੀ ਛੱਡੀਦਾ ਜੀ ਫਿਰ ਚੱਕੀ ਚੱਲਦੀ ਹੈ ਥੱਲੇ ਵੀ ਪੱਖਾ ਫਿੱਟ ਕੀਤਾ ਹੈ ਪੱਖੇ ਦੇ ਉੱਤੇ ਪੌੜ ਫਿੱਟ ਕੀਤਾ ਹੈ ਜਿਹੜਾ ਚੱਕੀ ਚਲਾਉਂਦੇ ਆਏ ਦਾਣੇ ਪਾਦੇ ਤੇ ਆਏ ਆਏ ਪਾਟਾ ਵੜਾਇਆ ਉਹ ਜਦੋਂ ਚੱਕੀ ਚਲਾਈਦੀ ਥੋੜਾ ਥੋੜਾ ਦਾਣੇ ਕਰਕੇ ਆਟਾ ਪੀਸਣਾ ਸ਼ੁਰੂ ਹੋ ਜਾਂਦਾ। ਅਸੀਂ ਵੇਖ ਸਕਦੇ ਕਿ ਉੱਥੇ 6 ਚੱਕੀਆਂ ਆ, 3 ਚੱਲ ਰਹੀਆਂ। ਸਰ ਇਹ ਤੇ ਇਸੇ ਗੱਲ ਤੋਂ ਕੋ ਜਦ ਦਿਨ ਮੈਂ ਲਿਆ ਸੀ, ਉਹ ਦਿਨ ਬਿਲਕੁਲ ਇੱਕ ਵੀ ਨਹੀਂ ਚਲਦੀ। ਬਿਲਕੁਲ ਖੰਡਰ ਹੋਇਆ ਲਿਆ ਮੈਂ। ਹੁਣ ਵੀ ਤੁਸੀਂ ਵੇਖ ਸਕਦੇ ਵੀ ਜਿੱਥੋਂ ਜਿਹੜਾ ਮੈਂ ਕੰਮ ਕੀਤਾ ਉਹ ਮੇਰਾ ਕੰਮ ਤੇ ਜਿਹੜਾ ਸਰਕਾਰ ਨੇ ਜਿਹੜੋ ਦਿੱਤਾ ਉਹ ਉਹ ਆ। ਕਿੰਨਾ ਕਾਟਾ ਰੋਜ ਜਿਹੜਾ ਉੱਥੇ ਪੀਸ ਦਿੰਦੇ ਤੁਸੀਂ। ਤੇ ਆਪਣੇ 4 ਕੁ ਮਿੰਟ ਦਾ ਡਾਟਾ ਸਾਰਾ ਜੀ ਪਿਛਤਾ ਹੈ। ਤੇ ਕਿੰਨਾ ਕ ਫਰਕ ਹੈ ਇਹ ਸਾਟੇ ਦਾ ਕਿਉਂਕਿ ਹੁਣ ਤੁਸੀਂ ਦੇਖਦੇ ਹੋ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਲੋਕ ਭੁੱਲ ਗਏ ਨੇ ਮਸ਼ੀਨੀ ਆਟਾ ਖਾਂਦੇ ਨੇ ਮਸ਼ੀਨੀ ਉਹ ਪਹਿਲਾਂ ਉਹਨੂੰ ਰੂਲਾ ਵੱਜਦਾ ਡਬਲ ਰੂਲਾ ਵੱਜਣ ਲੱਗ ਪਿਆ ਆਟਾ ਤੁਸੀਂ ਦੇਖ ਸਕਦੇ ਹੋ ਲੋਕ ਬਿਮਾਰ ਹੋ ਰਹੇ ਉਹਦੇ ਨਾਲ ਇਹਦਾ ਕੀ ਫਰਕ ਹੈ ਉਹਦੇ ਨਾਲ ਔਰ ਕੀ ਇਹਦੇ ਸਾਰੇ ਆਟੇ 'ਚ ਬਿਲਕੁਲ ਹੀ ਤਤ ਪੂਰੇ ਨੇ ਬਿਲਕੁਲ ਠੰਡਾ ਆਟਾ ਹੈ ਤਾਕਤਵਾਰ ਆਟਾ ਹੈ ਕੋਈ ਦੂਜੇ ਆਟੇ ਨੂੰ ਤੇ ਜੇ ਉਹਦਾ ਕੋਈ ਰੂਦਾ ਨਿਕਲਿਆ ਛਿਲਕਾ ਨਿਕਲ ਗਿਆ ਉਹਦੀ ਜਾਣ ਗਈ ਜਿਹੜੀ ਉਹਦੀ ਗਰੀ ਰਹਿ ਗਈ ਥੋੜੀ ਕੋ ਉਹਨੇ ਮਸ਼ੀਨਾਂ ਰਗੜ ਕੇ ਉਹਨੂੰ ਅੱਗ ਲਾ ਦੇਣੀ ਤੇ ਉਹਦਾ ਤਤ ਸਾਡੇ ਸਾਡੇ ਜੀ ਉਹ ਪੁਰਾਣੇ ਸਮੇਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਜਿਹੜਾ ਜੇਲਾਂ ਦੇ ਵਿੱਚ ਵੇਖਦੇ ਹਾਂ ਛੋਟਾ ਜਾਂ ਪੁਰਾਣੀਆਂ ਮਾਈਆਂ ਦੇ ਕੋਲ ਛੋਟਾ ਹੱਥ ਦੇ ਨਾਲ ਉਹ ਘੋਟਣਾ ਹੁੰਦਾ ਸੀਗਾ ਉਹਦੇ ਨਾਲ ਥੋੜਾ ਥੋੜਾ ਜਿਹੜਾ ਕਣਕ ਪਾਉਂਦੇ ਸੀਗੇ ਉਹਨੂੰ ਪੀਸਦੇ ਸੀਗੇ ਔਰ ਦੱਸਿਆ ਜਾਂਦਾ ਸੀ ਸਿਹਤ ਵਾਸਤੇ ਵੀ ਜਿਹੜਾ ਉਹ ਕਾਫੀ ਵਧੀਆ ਲਾਇਵ ਆਂਦਿਆ ਕਿੰਨੇ ਕੁ ਲੋਕ ਤੁਹਾਡੇ ਕੋ ਇੱਥੇ ਆਉਂਦੇ ਆ ਆਪਣੇ ਕੋਈ ਕਾਫੀ ਜਣੇ ਆ ਜਾਂਦੇ ਨੇ ਕਿਸੇ ਦਿਨ ਜਦੋਂ ਬਾਰਸ਼ ਦਾ ਟਾਈਮ ਹੋਵੇ ਮੌਸਮ ਕਿਸੇ ਵੇਲੇ ਤੇ ਸੰਪਲਿਓ ਪਾਏ ਪੈਂਦੇ ਆ ਤੇ ਜਦੋਂ ਹੋਵੇ ਕੋਈ ਥੋੜੀ ਮਿੱਟੀ ਦਿਹਾੜੀ ਬਣ ਜਾਂਦੀ ਕੋਈ 5-400 ਰੁਪਏ ਇੱਕ ਜੀ ਜਿੱਦਾਂ ਹੁਣ ਪੁੱਛਣਾ ਚਾਹੁੰਦਾ ਕਿ ਇਹ ਪਾਣੀ ਦੇ ਨਾਲ ਚੱਲਦੀ ਆ ਹੁਣ ਤਾਂ ਪਾਣੀ ਆ ਰਿਹਾ ਨਹਿਰ ਦੇ ਵਿੱਚ ਪਿੱਛੋਂ ਪਾਣੀ ਛੱਡਿਆ ਹੋਇਆ ਤੇ ਜਦੋਂ ਪਾਣੀ ਨਹੀਂ ਹੁੰਦਾ ਫਿਰ ਉਦੋਂ ਕੀ ਕਰਦੇ ਉਹਦੇ ਚੱਕੀ ਬੰਦ ਹੋ ਜਾਂਦੀ ਹੈ ਕਿੰਨੇ ਮਹੀਨੇ ਬੰਦ ਰਹਿੰਦੀ ਹੈ ਆਪਣੇ ਕੋਈ 4 ਮਹੀਨੇ ਸਾਨੂੰ ਇਹਨਾਂ ਪੂਰਾ ਪਾਣੀ ਦੇਣਾ ਉਹ ਤੋਂ ਗੜੀ ਮਹੀਨਾ ਸੌ ਗਈ 10 ਦਿਨ ਸੌ ਗਈ ਮਹੀਨਾ ਸੌ ਗਈ 10 ਦਿਨ ਸੌ ਗਈ ਜਿਸ ਤਰ੍ਹਾਂ ਉਹ ਸੁੱਕਦੀ ਆ ਫਿਰ ਉਸ ਤੋਂ ਬਾਅਦ ਕਰਾਇਆ ਦੇਣਾ ਪਈਣਾ ਤੁਹਾਨੂੰ ਕਰਾਇਆ ਜੀ ਸਾਨੂੰ ਥੋੜੇ پیسے ਦੇਣੇ ਪਿੰਦੇ ਫਿਰ ਕਿੰਨੇ ਦੇਣੇ ਜਦੋਂ ਪਾਣੀ ਸਾਡੇ ਟੇਲ ਦਾ ਪੂਰਾ ਹੋ ਜਾਏ 6 ਦੋ ਦਾ ਪਾਣੀ ਹੈ ਸਾਡਾ 6 ਦੋ ਤੇ ਆ ਜੀ ਪੂ ਜੀ ਨਾ ਹੋਇਆ ਤਾਂ ਫਿਰ ਫਿਰ ਨਹੀਂ ਪੈਣਾ ਜੀ ਯਾਨੀ ਕਿ ਤੁਸੀਂ ਉਹਨਾਂ ਕੀ ਗ੍ਰੈਂਡ ਦਿੰਦੇ ਹੋ ਜਿੰਨਾਂ ਕ ਇਹ ਚੱਲਦੀ ਆ ਚੱਲਦੀ ਆ ਠੀਕ ਆ ਜੀ ਤੇ ਫਿਰ ਹੋਰ ਇਹਦੀ ਚੱਲਣ ਦੀ ਪ੍ਰਕਿਰਿਆ ਕੀ ਆ ਇੱਕ ਤਾਂ ਪਾਣੀ ਜਦੋਂ ਆਉਂਦਾ ਪੱਖਿਆਂ ਦੇ ਵੱਜਦਾ ਪੱਖਿਆਂ ਦੇ ਨਾਲ ਉਹ ਘੁੰਮਦੀ ਆ ਉਹ ਸਾਰਾ ਸਰਾਊਂਡ ਕਰਦੀ ਆ ਹੋਰ ਕੋਈ ਵੀ ਪ੍ਰਬੰਧ ਹੈਗਾ ਇੱਥੇ ਇਹਦੇ ਨਾਲ ਨਾਲ ਕਣਕ ਦੇ ਨਾਲ ਹੋਰ ਕੀ ਕੀ ਪੀਸਦੇ ਤੁਸੀਂ ਆਪਾਂ ਜੀ ਮੱਕੀ ਦਾ ਆਟਾ ਪੀਂਦੇ ਆ ਜੀ ਚਣਿਆਂ ਦਾ ਵੇਸਣ ਪੀਂਦੇ ਆ ਮੂੰਗੀ ਦਾ ਆਟਾ ਪੀ ਲੈਂਦੇ ਜੋ ਗੱਲੇ ਕੇ ਹੋਗਾ ਗਾਕ ਉਹ ਹੀ ਆਪਾਂ ਟਾਂ ਨੂੰ ਪੀ ਦਾਂਗੇ ਪੁਰਾਣੇ ਸਮੇਂ 'ਚ ਵੇਖਦੇ ਆਂ ਲੋਕ ਇਹ ਖਾਂਦੇ ਸੀ ਸੇਤਾਂ ਵੀ ਕਾਫੀ ਸਟਰੌਂਗ ਸੀ ਕਿ ਕੈਮ ਸੀ ਗਿਆ ਤੇ ਜਿਹੜਾ ਉਹਨਾਂ ਦੇ ਵਿੱਚ ਜਾਨ ਵੀ ਪੂਰੀ ਸੀ ਅੱਜ ਕੱਲ ਜਿਹੜਾ ਉਹ ਦੂਸਰਾ ਆਟਾ ਖਾ ਰਹੇ ਮਸ਼ੀਨੀ ਤੇ ਨਹੀਂ ਆ ਕੀ ਗਾਣਾ ਚਾਹੁੰਦੇ ਸਰ ਮੈਂ ਤੇ ਆਖਾਂਗਾ ਇਹ ਜਿਹੜਾ ਬਿਲਕੁਲ ਤਾਕਤਵਰ ਆਟਾ ਠੰਡਾ ਆਟਾ ਇਹ ਆਪਣੇ ਸਰੀਰ ਵਾਸਤੇ ਵੀ ਆਟਾ ਸਹੀ ਹੈ ਜੀ ਬਿਲਕੁਲ ਠੰਡਾ ਆਟਾ ਇਹ ਤੂੰ ਕਈ ਬਿਮਾਰੀਆਂ ਤੋਂ ਵੀ ਇਹ ਛੁਟਕਾਰਾ ਮਿਲਦਾ ਸਰ ਕਿੱਥੋਂ ਕਿੱਥੋਂ ਦੇ ਲੋਕ ਤੁਹਾਡੇ ਕੋਈ ਆਟਾ ਸਾਡੇ ਕੋ ਡੇਰਿਆਂ ਤੋਂ ਆਉਂਦੇ ਪਿੰਡਾਂ ਤੋਂ ਆਉਂਦੇ ਜੀ ਅੰਮ੍ਰਿਤਸਰ ਤੋਂ ਵੀ ਆ ਜਾਂਦੇ ਆਟਾ ਮੁੱਲ ਲੈਣ ਵਿੱਚ ਕੀ ਰੇਟ ਦਿੰਦੇ ਤੁਸੀਂ ਕਣਕ ਜੇ ਭਿਉਣੀ ਹੋਵੇ ਫਿਰ ਉਹਦਾ ਕੀ ਲੈਂਦੇ ਉਹਦਾ ਇਹ 60 ਰੁਪਏ ਮੰਨ ਲਈਦਾ ਜੀ 1.5 ਰੁਪਏ ਕਿਲੋ ਦੇ ਹਿਸਾਬ ਨਾਲ ਜੀ ਸੋ ਬਹੁਤ ਵਧੀਆ ਜਿਹੜੀ ਗੱਲ ਹੈ ਕਿਉਂਕਿ ਪੁਰਾਣੀ ਪ੍ਰਾਤਨ ਵੇਰੇ ਦੀ ਚੀਜ਼ ਨੂੰ ਸੰਭਾਲ ਕੇ ਰੱਖਿਆ ਤੁਸੀਂ ਔਰ ਪ੍ਰਾਤਨ ਚੀਜ਼ ਨੂੰ ਸੰਭਾਲ ਕੇ ਰੱਖਣਾ ਜਿਹੜੀ ਬੜੀ ਵੱਡੀ ਗੱਲ ਹੈ ਔਰ ਤੁਸੀਂ ਖੁਦ ਉੱਤੇ ਪੈਸੇ ਲਗਾ ਰਹੇ ਗੇਟ ਵੀ ਦੇਖ ਸਕਦੇ ਆ ਆਪਾਂ ਪਿੱਛੇ ਦੇਖ ਰਹੇ ਗੇਟ ਨਹੀਂ ਇਹਦਾ ਹੈਗਾ ਕੀ ਆ ਦੇਖੋ ਜੀ ਕੀ ਕਿਤੇ ਹੈ ਗੇਟ ਇਹਦਾ ਗੇਟ ਜੀ ਜੋ ਪਹਿਲਾਂ ਘਟ ਗਿਆ ਔਰ ਕੋਈ ਕਿਤੇ ਡਿੱਗਾ ਹੋਇਆ ਤੇ ਉਹਨੇ ਮੜ ਕੇ ਗਾੜੀ ਕੰਧ ਕਰ ਦਿੱਤੀ ਹੈ ਤੇ ਇੱਕੋ ਗੇਟ ਨੂੰ ਚਾਲੂ ਕਰ ਲਿਆ ਤਾਂ ਹੁਣ ਗੇਟ ਤਾਂ ਹੈ ਨਹੀਂ ਆ ਕੰਧ ਕੀਤੀ ਆ ਫਿਰ ਰਾਤ ਨੂੰ ਇਹਦੀ ਰੱਖਿਆ ਸਰ ਇਹ ਬੁਗਾ ਹੈਗਾ ਇੱਕ ਦਰਵਾਜ਼ਾ ਹੈਗਾ ਜੀ ਅੱਛਾ ਜੀ ਹਾਂ ਇੱਕ ਦਰਵਾਜ਼ੇ ਨੂੰ ਫਿਰ ਆ ਜੀ ਬੰਦ ਕਰ ਜਾਂਦੇ ਆ ਨਹੀਂ ਉਹ ਦਰਵਾਜ਼ਾ ਅੰਦਰੋਂ ਵੱਜਦਾ ਕਿਧਰ ਵੱਜਦਾ ਨਹੀਂ ਬਾਹਰੋਂ ਵੱਜਦਾ ਜੀ ਅੱਛਾ ਜੀ ਉਹ ਵੈਸੇ ਰੱਖ ਦੇ ਉੱਤੇ ਹਾਂ ਬਿਲਕੁਲ ਨਹੀਂ ਨਹੀਂ ਬਿਲਕੁਲ ਸਾਈਡ ਤੇ ਜਗਾੜ ਦੇ ਨਾਲ ਲੱਗਾ ਜੀ ਅੱਛਾ ਜੀ ਲੱਗਾ ਆ ਜੀ ਹਾਂ ਜੀ ਤੋ ਦੇਖ ਸਕਦੇ ਹੋ ਕਿ ਜਿਹੜਾ ਬਹੁਤ ਸਾਰੀਆਂ ਐਹੋ ਜਿਹੀਆਂ ਪੁਰਾਣੀਆਂ ਇਮਾਰਤਾਂ ਵੀ ਨੇ ਜਿਹੜੀਆਂ ਔਰ ਇਹਦੀ ਇਮਾਰਤ ਦੇਖ ਸਕਦੇ ਹੋ ਜੋ ਇਹਦਾ ਹਾਲਾਤ ਲੱਗਦੇ ਨੇ ਤੁਹਾਨੂੰ ਡਰ ਨਹੀਂ ਲੱਗਦਾ ਕਿਉਂਕਿ ਇਹਦੇ ਥੱਲੇ ਕਦੀ ਵੀ ਡਿੱਗ ਸਕਦੀ ਹੈ ਸਰ ਡਰ ਤੇ ਲੱਗਦਾ ਬਿਲਕੁਲ ਖੰਡਰ ਹੋਇਆ ਜੋ ਟਿੰਨਾ ਇਹਦੀਆਂ ਬਿਲਕੁਲ ਲੋ ਹੋਣ ਡਈ ਹੈ ਬਿਲਕੁਲ ਚੁੰਦਰੀ ਲੋ بارش ਦੇ ਦਿਨਾਂ ਜਿਹਦੇ ਚੁੰਦੇ ਹੁੰਦੇ ਬਿਲਕੁਲ ਚੁੰਦੇ ਆ ਕੰਮ ਕਿੱਦਾਂ ਹੁੰਦਾ ਕੰਮ ਉਹ ਦਿਨ ਬੰਦ ਹੋ ਜਾਂਦਾ ਉਸ ਦਿਨ ਜਿੱਦਣ بارش ਹੋ ਉਦੋਂ ਤੇ ਬਿਲਕੁਲ ਕੰਮ ਬੰਦ ਹੋ ਜਾਂਦਾ ਪਰ ਦੋ ਦੋ ਦਿਨ ਬਾਅਦ ਤੋਂ ਗਾੜੀ ਵੀ ਨਹੀਂ ਗਾਹਕ ਸੜਾ ਹੁੰਦਾ ਬੱਚੇ ਤੁੰਦੀ ਤੁਹਾਡੀ ਕੋ ਸਰ ਹੁਣ ਫਿਰ ਕੀ ਕਰ ਗਿਆ ਕੀ ਦਾ ਚਲੋ ਆਣ ਕੇ ਇਥੇ ਕੰਮ ਦੇ ਉੱਤੇ ਆਪਾਂ ਬੈਠੇ ਆਂ ਕਦੀ ਵਾਧਾ ਗਈ ਕਦੀ ਘਟਾ ਗਈ ਇਹ ਗੱਲ ਹੁੰਦੀ ਸਰ ਘਰ ਦਾ ਖਰਚਾ ਕਿੱਦਾਂ ਚੱਲਦਾ ਘਰ ਦਾ ਜੀ ਫਿਰ ਇਹ ਨਾਲ ਥੋੜੀ ਮੇਰੀ ਪੈਲੀ ਠੇਕੇ ਤੇ ਰੱਖੀ ਆ ਫਿਰ ਇਧਰੋਂ ਕੰਮ ਬੰਦ ਹੋਵੇ ਫਿਰ ਉਧਰ ਵੀ ਕੰਮ ਕਰਨਾ ਪੈਂਦਾ ਸਾਨੂੰ ਨਹੀਂ ਕਹਿੰਦੇ ਨੇ ਕਿ ਕੰਮ ਕੋਈ ਵੀ ਉਦੋਂ ਕਰਦੇ ਜਦੋਂ ਬੰਦੇ ਨੂੰ ਬਚਤ ਹੁੰਦੀ ਬਚਤ ਤੇ ਤੁਹਾਨੂੰ ਹੁੰਦੀ ਨਹੀਂ ਫਿਰ ਤੁਸੀਂ ਕਿਉਂ ਠੀਕਾ ਲੈਂਦੇ ਹੋ ਸਰ ਫਿਰ ਦਜਾ ਕੀ ਦਾ ਵੀ ਇਹ ਜਾਇਦਾਦ ਨੂੰ ਮੈਂ ਸੰਭਾਲ ਕੇ ਰੱਖਣਾ ਹੈ ਮੈਂ ਆਪਣੇ ਕੋਲ ਥੋੜੇ ਥੋੜੇ ਪੈਸੇ ਲੈ ਜੰਨਾ ਅੱਛਾ ਜਿਹੜੀ ਇਹ ਨਹਿਰ ਜਾਂਦੀ ਏ ਕਿਹ ਇਹ ਪਾਣੀ ਲੋਹਰ ਲੋਹਰ ਜਾਂਦਾ ਕਿੱਧਰੋਂ ਆਉਂਦਾ ਹੈ ਕਿੱਧਰ ਜਾਂਦਾ ਹੈ ਆਪਣੇ ਮਾਧੋਪੁਰ ਤੋਂ ਆਉਂਦਾ ਜੀ اچھا ਮਾਧੋਪੁਰ ਤੋਂ ਇਹ ਪਾਣੀ ਲੋਹਰੋ ਸਿੱਧਾ ਪਾਣੀ ਲੋਹਰ ਜਾਂਦਾ ਲੋਹਰ ਬ੍ਰਾਂਚ ਇਹ ਅੱਗੇ ਕਿੱਥੇ ਜਾਂਦਾ ਪਾਣੀ ਇਹ ਇਹ ਆਪਣੇ ਇੱਧਰ ਸਿੱਧਾ ਜੀ ਗਾੜੀ ਨਿਕਲ ਜਾਂਦਾ ਪਾਕਿਸਤਾਨ ਵਾਲੇ ਨੂੰ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਹੋ ਜੀਆਂ ਬਹੁਤ ਸਾਰੀਆਂ ਇਮਾਰਤਾਂ ਨੇ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਜਿੱਥੇ ਕਿ ਜਿਹੜਾ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੇ ਸੰਭਾਲ ਕਰਨ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਚੀਜ਼ਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੇ ਬੱਚਿਆਂ ਨੂੰ ਜਿਹੜਾ ਇਸ ਸੰਬੰਧੀ ਜਿਹੜਾ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ ਜਿਹੜਾ ਲੋਕ ਆਟਾ ਖਾ ਰਹੇ ਨੇ ਉਹ ਦੂਸਰੀਆਂ ਮਸ਼ੀਨੀ ਚੱਕੀਆਂ ਦੇ ਨਾਲ ਖਾਂਦੇ ਨੇ ਔਰ ਬਹੁਤ ਸਾਰੀਆਂ ਡਾਕਟਰਾਂ ਮੁਤਾਬਕ ਹੀ ਉਹਨਾਂ ਦੇ ਨਾਲ ਬਿਮਾਰੀਆਂ ਲੱਗਦੀਆਂ ਔਰ ਇਹ ਜਿਹੜੀਆਂ ਚੱਕੀਆਂ ਨੇ ਇਹ ਬਹੁਤ ਹੀ ਵਧੀਆ ਨਹੀਂ ਔਰ ਸਿਹਤ ਲਈ ਲਾਹੇਵੰਦ ਨਹੀਂ ਹੈ ਹੋਰ ਵੀ ਇਹੋ ਜੀਆਂ ਚੀਜ਼ਾਂ ਤੁਹ ਚੈਨਲ ਮਰਪੋਰ ਡੇਲੀ ਪੋਸਟ ਪੰਜਾਬੀ